ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਸਾਰਨਾ ਪੀਵੀ ਗਿਆਨ ਚੈਨਲ ਤੇ ਸੁਆਗਤ ਰਿਹਾ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੈਰਾ ਰੈਜੀਮੈਂਟ ਆਰਮੀ ਭਰਤੀ ਬਾਰੇ ਤੇ ਸਭ ਤੋਂ ਪਹਿਲਾਂ ਜੇਕਰ ਛੜਖਾਂਦੇ ਨਵੇਂ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਰਛੜੀਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਦੋਸਤੋ ਇਹ ਜਿਹੜੀ ਪੈਰਾ ਰੈਜੀਮੈਂਟ ਦੀ ਭਰਤੀ ਆ ਇਹ ਬੰਗਲੌਰ ਚ ਹੋਵੇਗੀ ਬੰਗਲੌਰ ਚ ਦਾ ਸੈਂਟਰ ਆ ਪੈਰਾ ਰੈਜੀਮੈਂਟ ਦਾ ਜਿਹੜਾ ਹੈ ਕਿ ਸੈਂਟਰ ਆ ਤੇ ਪੂਰੀ ਗੱਲਬਾਤ ਕਰ ਫੋਰ ਵਾਰਡਸ ਆਫ ਵਾਰ ਵਿਡੋਸ ਵਿਡੋਸ ਸਰਵਿਸਮੈਨ ਐਕਸ ਸਰਵਿਸਮੈਨ ਐਂਡ ਬ੍ਰਦਰ ਆਫ ਸਰਵਿਸਮੈਨ ਐਕਸ ਸਰਵਿਸਮੈਨ ਵਿਲ ਬੀ ਹੈਲਡ ਐਟ ਪੈਰਾ ਰੈਜੀਮੈਂਟ ਸੈਂਟਰ ਬੰਗਲੌਰ ਸੋ ਦੋਸਤੋ ਇਹ ਜਿਹੜੀ ਬੰਗਲੌਰ ਭਰਤੀ ਹੋਵੇਗੀ ਪੈਰਾ ਰੈਜੀਮੈਂਟ ਦੇ ਸੈਂਟਰ ਚ ਤੇ ਦੋਸਤੋ ਇੱਥੇ ਜਿਹੜਾ ਕਿ ਰਿਲੇਸ਼ਨ ਜਿਹੜਾ ਕਿ ਆਪ ਤੁਹਾਡੇ ਬ੍ਰਦਰ ਦਾ ਰਿਲੇਸ਼ਨ ਹੋਵੇ ਜਾਂ ਪਿਤਾ ਦਾ ਰਿਲੇਸ਼ਨ ਹੋਵੇ ਉਹ ਕੈਂਡੀਡੇਟ ਭਰਤੀ ਵੇਖ ਸਕਦੇ ਆ ਤੇ ਇਹ ਜਿਹੜੀ ਭਰਤੀ ਆ 15 ਦਸੰਬਰ 2020 ਨੂੰ ਹੋਵੇਗੀ ਗਾੜੀ ਉਹਨਾਂ ਨੇ ਲਿਖਿਆ ਕਿ ਕੈਂਡੀਡੇਟ ਆਰ ਰਿਕੁਐਸਟਡ ਟੂ ਰਿਪੋਰਟ ਐਟ ਗੇਟ ਨੰਬਰ 1 ਆਫ ਪੈਰਾ ਰੈਜੀਮੈਂਟ ਸੈਂਟਰ ਐਟ 6 ਸੋ ਦੋਸਤੋ ਇਹ ਜਿਹੜਾ ਕਿ ਗੇਟ ਨੰਬਰ 1 ਤੇ ਤੁਸੀਂ ਰਿਪੋਰਟ ਕਰਨੀ ਹੈ ਜੀ 6 ਵਜੇ ਜਿਹੜਾ ਕਿ ਗੇਟ ਓਪਨ ਹੋਣਗੇ ਤੁਹਾਡੀ ਜਿਹੜੀ ਕਿ ਐਂਟਰੀ ਵੀ 6 ਵਜੇ ਹੋਵੇਗੀ 15 ਦਸੰਬਰ 2020 ਨੂੰ ਤੇ ਦੋਸਤੋ ਇਹਦੀ ਫਿਜ਼ੀਕਲ ਦੇ ਵਿੱਚ ਕੀ ਕੀ ਹੋਵੇਗਾ ਦੋਸਤੋ ਫਿਜ਼ੀਕਲ ਦੇ ਵਿੱਚ ਦੋਸਤੋ ਇਹਦੀ ਜਿਹੜੀ ਕਿ ਰੇਸ ਆ ਉਹ 5 ਕਿਲੋਮੀਟਰ ਹੋਵੇਗੀ ਤੇ 20 ਮਿੰਟ ਦਾ ਟਾਈਮ ਦਿੱਤਾ ਜਾਵੇਗਾ ਪਹਿਲਾ ਗਰੁੱਪ ਚ ਜਿਹੜਾ ਮਾਰ ਰੇਸ ਕੱਢਣਗੇ ਉਹਨਾਂ ਨੂੰ 60 ਨੰਬਰ ਮਿਲਣਗੇ ਚਿਨਪ 14 ਲਗਾਉਣ ਵਾਲੇ ਨੂੰ 40 ਨੰਬਰ ਇਸੇ ਤਰ੍ਹਾਂ ਹੀ ਪੁਸ਼ਅਪ ਸਿਟਅਪਸ ਜਿਹੜਾ ਕਿ ਲਗਵਾਏ ਜਾਣਗੇ ਤੇ ਇਹ ਵਿੱਚ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਰਨਿੰਗ ਜਿਹੜਾ ਕਿ ਉਹ 5 ਕਿਲੋਮੀਟਰ ਹੋਵੇਗੀ 20 ਮਿੰਟ ਦਾ ਟਾਈਮ ਹੋਵੇਗਾ ਤੇ ਸੋ ਦੋਸਤੋ ਏਸੀ ਪੈਰਾ ਡਾਈਜਮੈਂਟ ਦੀ ਭਰਤੀ ਬੰਗਲੌਰ ਚ ਹੋਵੇਗੀ ਦੋਸਤੋ ਤੇ ਜਿਹੜੇ ਜਿਨ੍ਹਾਂ ਦਾ ਰਿਲੇਸ਼ਨ ਹੈਗਾ ਵਾ ਉਹ ਕੈਂਡੀਡੇਟ ਜਿਹੜਾ ਕਿ ਭਰਤੀ ਦੇਖ ਸਕਦੇ ਨੇ ਤੇ ਸੋ ਦੋਸਤੋ ਏਸੀ ਆਪਣੀ ਆਈਡੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰਿਓ ਬਾਕੀ ਜੇਕਰ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਨਾਲ ਬੈਲ ਆਈਕਨ ਦਾ ਬੜਾ ਜਰੂਰ ਦਬਾਓ ਤਾਂ ਨੂੰ ਸ਼ਾਰਟ ਕਰਨ ਵਾਲੀ ਅਗਲੀ ਵੀਡੀਓ ਨੋਟੀਫ ਆਰਮੀ ਵਾਲੀਆਂ ਵੀਡੀਓ ਜਿਹੜਾ ਇੱਕ ਬਣਾਉਂਦੇ ਰਹਿੰਨੇ ਆ ਚਾਹੇ ਉਹ ਕੋਈ ਵੀ ਜਿਹੜਾ ਕਿ ਭਰਤੀ ਹੋਵੇ ਪੁਲਿਸ ਭਰਤੀ ਹੋਵੇ ਅਸੀਂ ਜਿਹੜਾ ਇੱਕ ਲੇਟੈਸਟ ਜਾਣਕਾਰੀ ਦੇੰਦੇ ਰਹਿੰਨੇ ਆ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ